ਫੌਜੀ ਹੀ ਹਰੇਕ ਦੇਸ਼ ਦੀ ਆਨ ਅਤੇ ਸ਼ਾਨ ਹੁੰਦੇ ਹਨ। ਉਹ ਆਪਣੇ ਦੇਸ਼ ਲਈ ਮਾਰ ਮਿਟਣ ਨੂੰ ਤਿਆਰ ਰਹਿੰਦੇ ਹਨ। ਉਸੇ ਪ੍ਰਕਾਰ ਇੱਕ ਫੌਜੀ ਜੋ ਕਿ ਮੇਜਰ ਰਿਸ਼ੀ ਰਾਜੇ ਲਕਸ਼ਮੀ ਹਨ, ਉਹਨਾਂ ਨੂੰ ਕੁਛ ਦਿਨ ਪਹਿਲਾਂ ਹੀ ਕਸ਼ਮੀਰ ਵਿੱਚ ਆਤੰਕਵਾਦੀਆਂ ਨਾਲ ਮੁੱਠਭੇੜ ਕਰਦੇ ਹੋਇਆਂ ਮੂੰਹ ਉੱਤੇ ਗੋਲੀ ਲੱਗਣ ਕਾਰਨ ਹੋਸਪਿਟਲਾਈਜ਼ ਕੀਤਾ ਗਿਆ ਸੀ, ਪਰ ਉਹਨਾਂ ਨੇ ਜ਼ਿਆਦਾ ਟਾਈਮ ਨਾ ਹੋਸਪਿਟਲ 'ਚ ਬਿਤਾਉਂਦੇ ਹੋਇਆ ਮੁੜ ਡਿਊਟੀ ਜੁਆਇਨ ਕਰ ਲਈ ਹੈ। ਐਸੇ ਜਿਹੇ ਫੌਜੀ ਨੂੰ ਸਾਡੇ ਕੋਲ ਸਲੂਟ ਹੈ।